सरदार जी ने कोई 2:30 बजे या कोई 2 बजे उन्होंने जाग आ जानी ना जी। उन्होंने कहना है पाठ करना है जी, तो देखो जी आप परमात्मा जानते 5:30 बजे तक उन्होंने जी पाठ करते रहना जी। वो मैं कहते होंगे सी भी काका दो चीजा कद जिंदगी दे छड़ी ना कहते जी, एक तो कहते सेहत ते एक कहते होंगे सी पाठ। वो मैनू उन्होंने कहते रहना काका तू नमाज नहीं पढ़ता, तू नमाज पढ़िया कर। पुराने तो पुराने लीडर जिम्मे कोई 10 साल मंजे से पिया रहा, कोई 15 साल मंजे से बिलकी गया है ना जी, वह जी सिचुएशन नहीं आई, किसी तो कोई सेवा नहीं कराई, हसते गए जी, खाते पीते गए जी। 95 या 97 साल की उम्र के किसी का दादा या कोई परदादा नाना जो कोई डैथ होंगी है, तो मैनू नहीं लगता अजकल दौर के कोई यह समा रिश्तेदार रिश्ते भी यहोजे हो गए है भी वह इन्ना को रोंद नहीं जी। तो असी चंडीगढ़ लैके चले हैं जी, तो चंडीगढ़ तो लैके जी बादल पिंड तक जी हर एक की अख नम सी जी। ਵਿਆਹ ਵੀ ਤੁਹਾਡਾ ਕਹਿੰਦੇ ਬੜੇ ਬਾਦ ਸਾਹਿਬ ਨੇ? ਹਾਂਜੀ ਮੇਰਾ ਵਿਆਹ ਬਾਦ ਸਾਹਿਬ ਨੇ ਕਰਿਆ ਸੀਗਾ ਜੀ, ਤੇ ਸਾਰਾ ਹੀ ਮਤਲਬ ਮੇਰੇ ਬੱਚਿਆਂ ਦੀ ਫੀਸ ਤੱਕ ਜੀ, ਹੁਣ ਤੱਕ ਜੀ ਮੇਰੀ ਵਾਈਫ ਵੀ ਉਹ ਕਹਿੰਦੀ ਮੈਂ ਪੜ੍ਹਨਾ ਹੈ ਜੀ, ਮੇਰੀ ਵਾਈਫ ਦੀ ਫੀਸ ਵੀ ਜੀ ਉਹਨਾਂ ਨੇ ਹੁਣ ਤੱਕ ਦਿੱਤੀ ਹੈ ਜੀ। ਇੱਕ ਵਾਰੀ ਜਦੋਂ ਕਬੱਡੀ ਕੱਪ ਹੋਇਆ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਜਿਹੜੇ ਨੇ ਉਹ ਇੱਕ ਵਾਰੀ ਆਏ ਤੇ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਜਦੋਂ ਆਪਣੇ ਵੱਡੇ ਸਾਹਿਬ ਖਾਣਾ ਖਾ ਰਹੇ ਸੀਗੇ ਕੋਠੀ, ਉਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਕਾਕਾ ਜਾਣਦੇ ਹੋ ਜੀ, ਇਹ ਮੀਆਂ ਸਾਹਿਬ ਇਹ ਸਾਡੇ ਇਹ ਵੀ ਸਾਡਾ ਤੁਹਾਡੇ ਵਾਂਗੂ ਖਾਣ ਪਰਿਵਾਰ ਹੈ ਜੀ, ਇਹ ਖਾਣ ਪਰਿਵਾਰ ਵੱਜਦੇ ਸਾਡਾ, ਇਹ ਨੌਕਰ ਸਾਨੂੰ ਕਦੇ ਨੌਕਰ ਨਹੀਂ ਸਮਝਿਆ ਉਹਨਾਂ ਨੇ ਵੀ ਕਦੇ ਨੌਕਰ ਸਮਝਿਆ, ਘਰ ਦਾ ਜੀ ਘਰ ਦਾ ਮੈਂਬਰ ਉਹਨਾਂ ਨੇ ਸਮਝਿਆ ਜੀ। ਹੋਸਪਿਟਲ ਜਾਣ ਤੋਂ 10 ਕੁ ਦਿਨ ਪਹਿਲਾਂ ਜੀ ਮੇਰੇ ਬੱਚਿਆਂ ਨੂੰ ਬੁਲਾਇਆ ਸੀ ਉਹਨਾਂ ਨੇ, ਮੇਰੇ ਉਹਨਾਂ ਨੇ ਬੱਚਿਆਂ ਨੂੰ ਬੁਲਾਇਆ, ਬੱਚਿਆਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਪੈਸੇ ਦਿੱਤੇ ਖਾਣ ਪੀਣ ਵਾਸਤੇ, ਉਹਨਾਂ ਨੂੰ ਡਾਕਟਰ ਕੋਲ ਖੜੇ, ਉਹਨੂੰ ਕਹਿੰਦੇ ਕਾਕਾ ਤੁਸੀਂ ਕਿੱਥੋਂ ਆਉਣੇ, ਉਹ ਕਹਿੰਦੇ ਅਸੀਂ ਬਠਿੰਡੇ ਤੋਂ ਆਉਣੇ, ਡਾਕਟਰ ਸਾਹਿਬ ਕਹਿੰਦੇ ਕਾਕਾ ਕੱਲ੍ਹ ਨੂੰ ਰਬੜਾਂ ਅਤੇ ਪਿਲਸਣਾ ਲੈ ਕੇ ਆਇਓ, ਇਹ ਬੱਚਿਆਂ ਨੂੰ ਮੈਂ ਰਬੜਾਂ ਅਤੇ ਪਿਲਸਣਾ ਦੇਣੀਆਂ, ਇਹ ਬੱਚੇ ਪੜ੍ਹਦੇ ਆ ਜੀ। ਮੈਂ ਕਿਹਾ ਜੀ ਇੱਕ ਵਾਰੀ ਸਾਡੇ ਬਾਦਲ ਪਿੰਡ ਦੇ ਵਿੱਚ 1947 ਤੋਂ ਪਹਿਲੇ ਤੇ ਪਹਿਲਾਂ ਦੀ ਮਸਜਿਦ ਸੀਗੀ ਜੀ, ਉਹਨਾਂ ਨੂੰ ਕਿਹਾ ਮੈਂ ਜੀ, ਮੈਂ ਕਿਹਾ ਜੀ ਮੇਰੀ ਇੱਕ ਦਿਲ ਦੀ ਖਵਾਹਿਸ਼ ਹੈ ਜੀ। ਉਹ ਕਹਿੰਦੇ ਕੀ? ਮੈਂ ਕਿਹਾ ਜੀ ਮੇਰੇ ਪਿੰਡ ਦੀ ਮਸਜਿਦ ਹੈ ਜਿਹੜੀ ਉਹ ਢਹਿਣ ਵਾਲੀ ਹੋਈ ਪਈ ਹੈ। ਉਹਨਾਂ ਨੇ ਜੀ ਵਕਫ ਬੋਰਡ ਨੂੰ ਚੇਅਰਮੈਨ ਨੂੰ ਜੀ ਟੈਲੀਫੋਨ ਕਰਿਆ ਜੀ, ਉਹਨੂੰ ਕਹਿੰਦਾ ਵੀ ਤੁਸੀਂ ਕਹਿੰਦਾ ਵੀ ਮਤਲਬ ਕਿ ਇੱਕ ਬਾਦਲ ਪਿੰਡ ਦੇ ਵਿੱਚ ਨਾ ਲੋਕ ਕਹਿੰਦਾ ਜਦੋਂ ਆਉਂਦੇ ਆ ਨਾ ਕਹਿੰਦਾ ਉਹ ਇਹ ਨਾ ਕਹਿਣ ਵੀ ਅਸੀਂ ਬਾਦਲ ਨੂੰ ਮਿਲਣ ਚੱਲੇ ਹਾਂ ਜਾਂ ਬਾਦਲ ਨੇ ਪਿੰਡ ਸੋਹਣਾ ਬਣਾਇਆ ਅਸੀਂ ਉਹ ਵੇਖਣ ਚੱਲੇ ਹਾਂ, ਕਹਿੰਦਾ ਵੀ ਲੋਕ ਚੇਅਰਮੈਨ ਸਾਹਿਬ ਇਹ ਗੱਲ ਕਹਿਣ ਵੀ ਬਾਦਲ ਨੇ ਆਪਦੇ ਪਿੰਡ 'ਚ ਮਸੀਤ ਬੜੀ ਸੋਹਣੀ ਬਣਾਈ ਹੈ ਉਹ ਵੇਖਣ ਜਾਂਦੇ ਹਾਂ ਅਸੀਂ। ਵਿਅਕਤੀਆਂ ਨਾਲ ਜ਼ਰੂਰ ਮਿਲਵਾਵਾਂਗੇ ਜਿਹੜੇ ਵਿਅਕਤੀ ਬਾਦਲ ਪਰਿਵਾਰ ਦੇ ਬੇਹੱਦ ਕਰੀਬ ਰਹੇ ਨੇ। ਕਹਿ ਸਕਦੇ ਹਾਂ ਕਿ ਜਿੰਨੀ ਵੀ ਸੇਵਾ ਰੱਜ ਕੇ ਇਹਨਾਂ ਮੈਂਬਰਾਂ ਨੇ ਕੀਤੀ ਹੈ ਤਾਂ ਕਹਿ ਰਹੇ ਨੇ ਕਿ ਕਦੇ ਵੀ ਨਹੀਂ ਭੁਲਾਉਣਗੇ। ਤਸਵੀਰਾਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ, ਇਹ ਉਹ ਮੈਂਬਰ ਨੇ ਜਿਹੜੇ ਇਸ ਪਿੰਡ ਦੇ ਨੇ ਔਰ ਵੱਡੀ ਗੱਲ ਇਹ ਆ ਕਿ ਪਰਿਵਾਰ ਦੇ ਨਾਲ ਹਮੇਸ਼ਾ ਅੱਗੇ ਖੜੇ ਨੇ ਤੇ ਗੱਲਬਾਤ ਜ਼ਰੂਰ ਕਰ ਲੈਣਾ। ਇਹਨਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਮੌਜੂਦ ਆ ਜੋ ਪੁਲਿਸ ਮੁਲਾਜ਼ਮ ਦੱਸਿਆ ਕਿ ਕਿੰਨਾ ਬੇਹੱਦ ਕਰੀਬ ਸੀ ਉਹ ਵੱਡੇ ਬਾਦਲ ਸਾਹਿਬ ਦੇ ਤੇ ਬਾਦਲ ਪਰਿਵਾਰ ਦੇ। ਪਹਿਲਾਂ ਤਾਂ ਨਾਮ ਦੱਸੋ ਜੀ। ਮੇਰਾ ਨਾਮ ਜੀ ਯੂਸਫ ਖਾਨ ਜੀ, ਪਿੰਡ ਮੇਰਾ ਬਾਦਲੀ ਹੈ ਜੀ ਇੱਥੇ ਜੀ। ਤੇ ਕਿੱਦਾਂ ਗੁਆਂਢ ਦੇ ਵਿੱਚ ਹੀ ਰਹਿੰਦੇ ਹੋ ਜਾਂ? ਹਾਂਜੀ ਨਾਲ ਹੀ ਮੇਰਾ ਘਰ ਹੈ ਜੀ ਉੱਥੇ ਜੀ, ਆਪਣੇ ਬਾਲ ਸਾਹਿਬ ਦੀ ਕੋਠੀ ਦੇ ਨਾਲ ਹੀ ਉੱਥੇ ਜੀ 10 ਕਰਮਾ ਤੇ ਮੇਰਾ ਘਰ ਹੈ ਜੀ। ਪੁਰਾਣਾ ਪਰਿਵਾਰ ਹੈ ਸਾਡਾ ਜੀ, ਮੇਰੀ ਮਾਤਾ ਜੀ ਇੱਥੇ ਕਾਫੀ ਟਾਈਮ ਦੇ ਇਹਨਾਂ ਦੇ ਸੇਵਾ ਕਰ ਰਹੇ ਆ ਜੀ ਘਰ 'ਚ, ਇਹਨਾਂ ਦੇ ਜੀ ਸਾਰਾ ਉਹੀ ਸੰਭਾਲਦੇ ਆ ਜੀ ਪਰਿਵਾਰ ਨੂੰ ਜੀ, ਬੱਚਿਆਂ ਨੂੰ। ਸੁਖਵੀਰ ਜੀ ਕਾਕਾ ਜੀ ਜਦੋਂ ਹੁੰਦੇ ਸੀਗੇ ਸਾਰਿਆਂ ਨੂੰ ਇਹਨਾਂ ਨੂੰ ਮਤਲਬ ਪਰਿਵਾਰ ਨੂੰ ਹੁਣ ਤੱਕ ਸੰਭਾਲਦੇ ਆ ਜੀ, ਅਗਾਂਹ ਵੀ ਅਸੀਂ ਸੰਭਾਲਾਂਗੇ ਸਾਰਿਆਂ ਨੂੰ ਜੀ। ਕੀ ਯੋਗਦਾਨ ਰਿਹਾ ਤੁਹਾਡੇ ਲਈ ਵੱਡੇ ਬਾਦਲ ਸਾਹਿਬ ਦਾ? ਦੇਖੋ ਜੀ ਉਹਨਾਂ ਨੇ ਤਾਂ ਅਸੀਂ ਸੇਵਾ ਕਰੀਏ ਜੀ, ਅਤੇ ਅਸੀਂ ਇਹ ਕਹਿ ਸਕਦੇ ਹਾਂ ਵੀ ਸਾਡੀ ਸੇਵਾ ਦਾ ਉਹਨਾਂ ਨੇ ਜੀ ਚੌਗਣਾ ਮੁੱਲ ਮੋੜਿਆ ਜੀ, ਠੀਕ ਹੈ ਜੀ। ਅਤੇ ਸਾਰਾ ਪਰਿਵਾਰ ਹੀ ਸਾਡਾ ਇੱਥੇ ਜਿਵੇਂ ਸੇਵਾ ਕਰਦਾ ਜੀ, ਮੇਰਾ ਇੱਕ ਭਰਾ ਜੀ ਰਵੀ ਖਾਨ ਜੀ, ਅਤੇ ਅਸੀਂ ਅਖੀਰ ਤੱਕ ਫੋਰਟਿਸ ਦੇ ਵਿੱਚ ਮੈਂ ਵੀ ਅਤੇ ਮੇਰਾ ਭਰਾ ਰਵੀ ਵੀ ਉੱਥੇ ਫੋਰਟਿਸ ਦੇ ਵਿੱਚ ਵੀ ਰਹੇ ਹਾਂ ਜੀ ਲਾਸਟ ਤੱਕ। ਹਾਂਜੀ ਫੋਰਟਿਸ ਜਿੱਦਣ ਅਸੀਂ ਗਏ ਹਾਂ ਇੱਥੋਂ ਜੀ, ਅਤੇ ਉਦਣ ਅਸੀਂ ਚੰਡੀਗੜ੍ਹ
रात नूं असीं पहुंचे हां उत्थे जी, ते उदन हालत जिहड़ी सी उह स्टेबल सी थोड़ी जी, कोई दिक्कत है नहीं सीगी जी। ते चलो जो परमात्मा नूं मंजूर है जी, उत्थे दिक्कत आ गई है, थोड़ी दिक्कत इत्थे भी सीगी जी, उत्थे भी दिक्कत आ गई जी, जिवें कोई परमात्मा नूं मंजूर है जी। वैसे जे देखा जाए तो कोई 95 या 97 साल की उम्र के किसी का दादा या कोई परदादा नाना जो कोई डैथ होंदी है, तो मैनू नहीं लगता अजकल के दौर के कोई यह जहाँ समा रिश्तेदार रिश्ते यहोजे हो गए है भी वह इन्ना को रोंदे नहीं जी। तो असी चंडीगढ़ में लैके चले हैं जी, तो चंडीगढ़ तो लैके जी बादल पिंड तक जी हर एक की अख नम सी जी। जे कोई मेन रोड के उत्ते किसी का कला घर है तो कल घर के दो जी है तो उत्थे वह दो जी खड़े है, उन्होंने बच्चे खड़े है। तो असी हजे भावें संगरूर फिरते सीगे तो लोग बरनाले खड़े सी भी पता नहीं कदों कौन गए जी, धुप नहीं देखी किसी ने तेह नहीं देखी जी। उन्हों की उड़ीक सी भी जिमें कि वह जिमें साक्षात वो आप ही आ रहे हैं जी, भी जिमें उन्होंने कोई डेड बॉडी नहीं आ रही। लोगों को यह उम्मीद सी भी कहते आप उन्हों का स्वागत करने वास्ते खड़े है जी, इन्ना लोगों का उत्साह इन्ना उन्हों का प्यार जी। लोगों ने हाँ जी मेरा मैरिज मेरी बाल साहब ने करी है जी, मेरा विह बाल साहब ने कराया जी। तो मैं 2011 दे विच मैं भर्ती होया सीगा जी, तो सारा ही मतलब मेरे बच्चों की फीस तक जी हुण तक जी। मेरी वाइफ भी वह कहती मैं पढ़ना है जी, मेरी वाइफ की फीस भी जी उन्होंने हुण तक दिती है जी। उन्होंने मतलब किसी गल का कोई नौकर वाला काम नहीं सी साडा जी, सानू कदे उन्होंने नौकर सानू कदे नौकर नहीं समझा उन्होंने भी कदे नौकर समझा हो, घर का जी घर का मैंबर उन्होंने समझिया जी। जो भी कोई इन्हों कोई वी आई पी आना, तो एक बार जो कबड्डी कप होया तो पाकिस्तान के प्रधानमंत्री शाहबाज शरीफ जड़े ने वो एक बार आए, तो उन्होंने प्रकाश सिंह बादल जो अपने वे साहब खाना खा रहे थे कोठी, तो उन्होंने कहा जी उन्होंने पी एम उदो वो चीफ मिनिस्टर से जी उधर पंजाब सूबे के पाकिस्तान के, वह कहें भी तुम इन्हों जान दो जी, ये मियाँ साहब ये साढ़े यह भी साडा थोड़े वांगू खान परिवार है जी, ये खान परिवार बचते जी साडा, ये पुराना पछतैनी साडे मतलब सेवा करते आ रहे हैं जी। ये मेरा भरा भी जी, मेरी मम्मी भी जी, मेरी सिस्टर भी जी, मेरे दादा मेरा पड़दादा मेरा डैडी सब इन्हां दे मतलब घर असी रहे हैं जी। तो हुण मेरे दादा ते डैडी दे पिछे जी मेरी डैथ हो गई सी जी, तो हुण मेरे मदर ते मैं ते मेरा भरा जी असी सेवा कर रहे हैं सारे जने जी। इस टाइम असी मौजूदा सी मतलब उन्होंने घर सेवा कर रहे हैं जी, भी मैनू कदे भी उन्होंने रात नूं उन्होंने देखो उठ खड़ना जी कदे, तो जे सरदार जी नूं कोई 2:30 बजे या कोई 2 बजे उन्होंने जाग आ जानी ना जी, उन्होंने कहना है काका पाठ करना है जी, पाठ करिए जी। तो देखो जी आप परमात्मा नूं जाणदे 5:30 बजे तक उन्होंने जी पाठ करते रहना जी। ते चलो कोई डॉक्टर ने कहना भी उन्होंने भी मतलब थोड़ी नींद खराब होंगी है जो कि ला लो, डॉक्टर ने उन्होंने मना भी करना उन्होंने, पर वो चलो उन्होंने सेहत का ख्याल रखते कहते सके, पर उन्होंने बहुत मैं कहना जी भगती तो बहुत उन्होंने पाठ कर जी, तो कोई यहोजी गल नहीं ना। देखो अजकल जिमें चलो आप किसी लीडर का नाम नहीं लेंगे भी पुराने तो पुराने लीडर जिमें कोई 10 साल मंजे से पिया रहा, कोई 15 साल मंजे से बिलकी गया है ना जी, ओह जी सिचुएशन नहीं है जी, किसी तो कोई सेवा नहीं कराई है, हसते गए है जी, खाते पीते गए है जी, बहुत वधिया उन्हां दी एक भगती सी जी उन्हां दी जी। लास्ट तक मैं उत्थे कोले रहा जी, कोई उन्हां दे मत्थे ते कोई त्यौड़ी नहीं सी जी, ते ओह रब रब करदे गए, ओह इक भगत सीगे जी, आपां कह सकदे फकीर सीगे जी, वी कोई परमात्मा दे हुक्म नाल वाहिगुरू दे हुक्म नाल खुदा दे हुक्म नाल ओह आए, तो इतने उन्होंने उन्हों की खुदाई की भगती की लोगों की सेवा की जिंदगी आपदी लोगों के लेखे लाया जी, तो गुरु के हुक्मों ही गुरुआ के चरणा जाओ बराजे ने जी उन्होंने जी। बिल्कुल बिल्कुल, वड्डे बादल साहब ने जात पात नहीं देखा, तो एक मुस्लिम परिवार का एक व्यक्ति कह रहा कि मुस्लिम परिवार देन नहीं दे सकता, जो कुछ वड्डे बादल साहब द्वारा इन्हां लई कीता आया ते जिंदगी दे विच कदे नहीं भुलाणगे, कदे जात पात ऊच नीच नहीं देखी, ते वड्डी गल है कि ओह निरंतर जाप पाठ करदे नजर आउंदे सी सवेरे सवेरे, ते बहुत होर नजदीकी दीआं इन्हां ने गल्लां दस्सियां, क्योंकि आखरी समय दे विच हॉस्पिटल दे विच इह नौजवान ते इहदा परिवार जिहड़ा उन्हां दा ना जी इक मैनूं उन्हां ने ना डेली ना जी कोई ना कोई
ਗੱਲਾਂ ਮੈਨੂੰ ਦੱਸਣੀਆਂ ਉਹਨਾਂ ਨੇ ਜੀ। ਜੇ ਉਹ ਮੈਂ ਮੇਰਾ ਵੀ ਏਮ ਹੁੰਦਾ ਸੀ ਜੇ ਮੈਨੂੰ ਉਹ 10 ਗੱਲਾਂ ਡੇਲੀ ਦੱਸਦੇ ਆ ਨਾ ਜੀ, ਤੇ ਜੇ ਮੈਂ ਉਹਨਾਂ ਚੋਂ 2 ਜਾਂ 3 ਵੀ ਫੋਲੋ ਕਰਦਾ ਸੀ ਨਾ ਜੀ, ਤਾਂ ਉਹ ਬਹੁਤ ਮੰਨ ਲਓ ਜੀ ਉਹ ਜ਼ਿੰਦਗੀ ਨੂੰ ਆਪਾਂ ਇੱਕ ਅੱਛੇ ਤਰੀਕੇ ਨਾਲ ਜਿਉਣ ਵਾਲਾ ਉਹ ਆਪਾਂ ਨੂੰ ਗੱਲਾਂ ਦੱਸਦੇ ਸੀਗੇ ਜੀ। ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਕਾਕਾ 2 ਚੀਜ਼ਾਂ ਕਦੇ ਜ਼ਿੰਦਗੀ ਦੇ ਵਿੱਚ ਛੱਡੀ ਨਾ ਕਹਿੰਦੇ ਸੀ, ਇੱਕ ਤਾਂ ਕਹਿੰਦੇ ਸਿਹਤ ਤੇ ਇੱਕ ਉਹ ਕਹਿੰਦੇ ਹੁੰਦੇ ਸੀ ਪਾਠ। ਉਹ ਮੈਨੂੰ ਉਹਨਾਂ ਨੇ ਕਹਿੰਦੇ ਰਹਿਣਾ ਕਾਕਾ ਤੂੰ ਨਮਾਜ਼ ਨਹੀਂ ਪੜ੍ਹਦਾ, ਤੂੰ ਨਮਾਜ਼ ਪੜ੍ਹਿਆ ਕਰ। ਤੇ ਮੈਂ ਉਹਨਾਂ ਨੂੰ ਕਹਿਣਾ ਵੀ ਕਈ ਵਾਰੀ ਟਾਈਮ ਚਲੋ ਲੱਗਦਾ ਜੀ, ਕਈ ਵਾਰੀ ਮੇਰਾ ਨਹੀਂ ਲੱਗਦਾ ਸੀ, ਮੈਂ ਪੜ੍ਹ ਵੀ ਲੈਂਦਾ ਜਾਂ ਸੁਬਹਾ ਪੜ੍ਹ ਲਈ ਦੀ ਹੈ ਜੀ, ਕਦੇ ਨਹੀਂ ਵੀ ਪੜ੍ਹੀ ਜਾਂਦੀ ਜੀ। ਪਰ ਉਹਨਾਂ ਨੇ ਜਦੋਂ ਪਾਠ ਕਰਨਾ ਉਹਨਾਂ ਨੇ ਕਹਿਣਾ ਕਾਕਾ ਤੂੰ ਵੀ ਨਮਾਜ਼ ਪੜ੍ਹ ਲਿਆ ਕਰ। ਮੈਂ ਕਹਿੰਦਾ ਸੀ ਮੈਂ ਪੜ੍ਹ ਲਈ ਜਾਂ ਮੈਂ ਉਦੋਂ ਸੁਬਹਾ ਜਦੋਂ ਕੋਈ ਜਲਦੀ ਉੱਠਦੇ ਸੀਗੇ ਉਦੋਂ ਮੈਂ ਸੁਬਹਾ ਚਲੋ ਪਾਠ ਕਰਦੇ ਸੀਗੇ ਜੀ, ਜਾਂ ਮੰਨ ਲਓ ਮੈਂ ਕੋਈ ਆਪਦਾ ਰੱਬ ਰੱਬ ਕਰ ਲੈਂਦਾ ਸੀ, ਖੁਦਾਈ ਕਰਦਾ ਸੀ ਆਪਦੀ ਮੈਂ ਜੀ। ਤੇ ਬਸ ਉਹ ਪਰ ਉਹਨਾਂ ਨੇ ਮੇਰੇ ਤਾਂ ਤੁਹਾਨੂੰ ਇਹ ਕਹਿਣਾ ਵੀ ਉਹਨਾਂ ਨੇ ਇੱਕ ਆਪਦੀ ਸਿਹਤ ਦਾ ਬਹੁਤ ਖਿਆਲ ਰੱਖਿਆ ਜੀ, ਤੇ ਆਪਦੇ ਮੰਨ ਲਓ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਸਿਹਤ ਦੇ ਵੀ ਕੋਈ ਖਾਣ ਪੀਣ 'ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਜੀ, ਵੀ ਜਿਵੇਂ ਡਾਕਟਰਾਂ ਨੇ ਉਹਨਾਂ ਨੂੰ ਕਹਿਣਾ ਜੀ, ਅਤੇ ਇੱਕ ਡਾਕਟਰਾਂ ਦਾ ਹੁਕਮ ਤਾਂ ਜੀ ਉਹ ਰੱਬ ਵਾਂਗੂ ਮੰਗਦੇ ਸੀਗੇ ਵੀ ਜੋ ਕੋਈ ਡਾਕਟਰਾਂ ਨੇ ਕਹਿ ਤਾ ਨਾ ਜੀ, ਜੋ ਇੰਨੀ ਸਿਹਤ ਉਹ ਚਲੋ ਪਾ ਕੇ ਗਏ ਸਾਡੇ ਵਾਸਤੇ ਤਾਂ ਇਹ ਕੁਛ ਵੀ ਸਿਹਤ ਇੰਨਾ ਮੰਨ ਲਓ ਉਮਰ ਨਹੀਂ ਸਾਡੇ ਵਾਸਤੇ, ਤਾਂ ਸਾਡੇ ਕਹਿੰਦੇ ਅੱਜ ਤਾਂ 20-20 ਸਾਲ ਸਾਡੀ ਹੋਰ ਜਾਂਦੀ, ਸਾਡੀ ਉਮਰ ਉਹਨੂੰ ਲੱਗ ਜਾਂਦੀ ਜੀ, ਸਾਡੇ ਵਾਸਤੇ ਇੰਨੀ ਵੀ ਬਹੁਤ ਥੋੜ੍ਹੀ ਹੈ ਜੀ। ਅਤੇ ਪਰ ਉਹਨਾਂ ਦੀ ਮੰਨ ਲਓ ਉਮਰ ਦਾ ਜਿਹੜਾ ਰਾਜ ਸੀਗਾ ਉਹ ਇਹ ਵੀ ਸੀਗਾ ਇੱਕ ਵੀ ਉਹ ਡੇਲੀ ਉਹਨਾਂ ਨੇ ਪਾਠ ਕਰਨਾ ਜੀ, ਅਤੇ ਡੇਲੀ ਉਹਨਾਂ ਨੇ ਵਰਜਿਸ਼ ਕਰਨੀ ਜੀ। ਸਾਡੇ ਡਾਕਟਰ ਸਾਹਿਬ ਹੁੰਦੇ ਸੀ ਪੁਰਾਣੇ ਬਲਵਿੰਦਰ, ਹੁਣ ਵੀ ਉਹ ਵਿਚਾਰੇ ਅਖੀਰ ਤੱਕ ਉਹ ਨਾ ਰਹੇ ਡਾਕਟਰ ਬਲਵਿੰਦਰ ਜੀ, ਅਤੇ ਉਹਨਾਂ ਨੇ ਉਹ ਸੀਗੇ ਜੀ ਆਪਣੇ ਫਿਜੀਓਥਰੈਪਿਸਟ ਜੀ, ਬਹੁਤ ਉਹਨਾਂ ਨੇ ਵਿਚਾਰਿਆਂ ਨੇ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਜੀ, ਬੜਾ ਉਹਨਾਂ ਨੂੰ ਸਾਹਿਬ ਨੂੰ ਸਿਹਤ ਨੂੰ ਫਿੱਟ ਰੱਖਣ ਵਾਸਤੇ ਬਹੁਤ ਉਹਨਾਂ ਦਾ ਵੀ ਯੋਗਦਾਨ ਰਿਹਾ ਸਾਡੇ ਪਰਿਵਾਰ ਦਾ ਵੀ, ਕਾਫੀ ਇਹੋ ਜਿਹੇ ਬੰਦੇ ਨੇ ਜੀ। ਠੀਕ ਹੈ ਜੀ, ਜਿਹੜਾ ਬਾਈ ਗੁਰਚਰਨ ਜੀ ਹੋ ਗਏ, ਭੁੱਲਰ ਸਾਹਿਬ ਹੋ ਗਏ, ਸਾਰੇ ਪਰਿਵਾਰ ਹੀ ਸਾਡਾ ਮਤਲਬ ਇੱਕ ਆਪਾਂ ਕਹਿ ਸਕਦੇ ਹਾਂ, ਕਦੇ ਕੋਈ ਨੌਕਰੀ ਵਾਲਾ ਤਾਂ ਕੋਈ ਮਸਲਾ ਹੀ ਹੈ ਨਹੀਂ ਜੀ ਇਹ, ਵੀ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਵੀ ਕਦੇ ਉਹ ਕਹਿੰਦੇ ਵੀ ਤੁਸੀਂ ਮੂੰਹੋਂ ਚੀਜ਼ ਕੱਢੋ ਕੋਈ ਨਾਮ ਲਵੋ, ਅਤੇ ਉਹ ਪਹਿਲਾਂ ਹਾਜ਼ਰ ਹੋ ਜਾਂਦੀ ਸੀਗੀ ਸਾਡੇ। ਇਹ ਤਾਂ ਈਦ ਨੂੰ ਵੀ ਤਿਉਹਾਰ ਤੁਹਾਨੂੰ ਜਿਹੜਾ ਗਿਫਟ ਤੋਹਫੇ ਦਿੰਦੇ ਹੋਣੇ? ਬਿਲਕੁਲ ਜੀ ਬਿਲਕੁਲ, ਉਹ ਈਦ 'ਤੇ ਮੈਨੂੰ ਮੇਰੇ ਬੱਚਿਆਂ ਨੂੰ ਬੁਲਾਉਂਦੇ ਜੀ, ਮੇਰੇ ਬੱਚਿਆਂ ਨੂੰ ਉਹਨਾਂ ਨੇ ਕਹਿਣਾ ਵੀ ਤੁਸੀਂ ਕੀ ਖਾਣਾ ਪੀਣਾ ਬੱਚਿਆਂ ਨੂੰ, ਉਹ ਕਦੇ ਕਦਾਈ ਉਹਨਾਂ ਨੇ ਮੇਰੀ ਮੰਮੀ ਜਿਵੇਂ ਉੱਥੇ ਕੋਟੀ ਜੀ ਹੁੰਦੇ ਆ ਉਹਨਾਂ ਨੂੰ ਕਹਿ ਦੇਣਾ ਬੀਬਾ ਉਹ ਯੂਸਫ ਦੇ ਬੱਚੇ ਉਹ ਰਵੀ ਦੇ ਬੱਚੇ ਕਿੱਥੇ ਹੈ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਬੁਲਾ ਲੈਣਾ। ਪਰ ਜੋ ਕੋਲ ਡਾਕਟਰ ਖੜ੍ਹੇ ਹੁੰਦੇ ਜੀ, ਇਹ ਅੱਜ ਤੋਂ ਕੋਈ ਹੋਸਪਿਟਲ ਜਾਣ ਤੋਂ 10 ਕੁ ਦਿਨ ਪਹਿਲਾਂ ਜੀ ਮੇਰੇ ਬੱਚਿਆਂ ਨੂੰ ਬੁਲਾਇਆ ਸੀ ਉਹਨਾਂ ਨੇ, ਮੇਰੇ ਉਹਨਾਂ ਨੇ ਬੱਚਿਆਂ ਨੂੰ ਬੁਲਾਇਆ, ਬੱਚਿਆਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਪੈਸੇ ਦਿੱਤੇ ਖਾਣ ਪੀਣ ਵਾਸਤੇ, ਉਹਨਾਂ ਨੂੰ ਡਾਕਟਰ ਕੋਲ ਖੜ੍ਹੇ ਉਹਨੂੰ ਕਹਿੰਦੇ ਕਾਕਾ ਤੁਸੀਂ ਕਿੱਥੋਂ ਆਉਣੇ, ਉਹ ਕਹਿੰਦੇ ਅਸੀਂ ਬਠਿੰਡੇ ਤੋਂ ਆਉਣੇ। ਡਾਕਟਰ ਸਾਹਿਬ ਕਹਿੰਦੇ ਕਾਕਾ ਕੱਲ੍ਹ ਨੂੰ ਰਬੜਾਂ 'ਤੇ ਪਿਲਸਣਾ ਲੈ ਕੇ ਆਇਓ, ਇਹ ਬੱਚਿਆਂ ਨੂੰ ਮੈਂ ਰਬੜਾਂ 'ਤੇ ਪਿਲਸਣਾ ਦੇਣੀਆਂ, ਬੱਚੇ ਪੜ੍ਹਦੇ ਆ ਜੀ, ਜੇ ਕੋਈ ਘਰ ਕੋਈ ਚੋਕਲੇਟ ਪਈ ਹੈ ਜਾਂ ਕੋਈ ਮਠਿਆਈ ਪਈ ਹੈ ਤਾਂ ਉਹਨੇ ਕਹਿਣਾ ਇਹਨਾਂ ਨੂੰ ਦਿਓ, ਇਹ ਬੱਚਿਆਂ ਨੂੰ ਦਿਓ ਜੀ। ਬੱਚਿਆਂ ਨੂੰ ਕਹਿਣਾ ਤੁਸੀਂ ਇੱਥੇ ਮੇਰੇ ਕੋਲ ਜ਼ਰੂਰ ਆਇਆ ਕਰੋ, ਮੈਨੂੰ ਜ਼ਰੂਰ ਮਿਲ ਕੇ ਜਾਇਆ ਕਰੋ, ਮੇਰੇ ਕੋਲ ਸ਼ਾਮ ਤੱਕ ਰਿਹਾ ਕਰੋ, ਮੇਰਾ ਜੀ ਲੱਗਿਆ ਰਹਿੰਦਾ ਜੀ। ਅਤੇ ਬਾਦਲ ਪਰਿਵਾਰ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜੇ ਬੱਚੇ ਹੈ ਬੀਬਾ ਜੀ ਦੇ ਆਪਣੇ ਬਾਦਲ ਪਰਿਵਾਰ ਦੇ, ਉਹ ਸਾਰੇ ਬੱਚੇ ਬਹੁਤ ਭਗਤੀ ਵਾਲੇ ਅਤੇ ਲਾਇਕ ਬੱਚੇ ਨੇ ਜੀ, ਅਤੇ ਬੀਬਾ ਹਰਸਿਮਰਤ ਕੌਰ ਜੀ ਨੇ ਉਹਨਾਂ ਨੂੰ ਭਗਤੀ ਦੇ ਨਾਲ ਉਹਨਾਂ ਨੂੰ ਜੋੜ ਚੰਗੇ ਦਿੱਤੇ ਆ। ਮਲੇਰਕੋਟ ਅਕਸਰ ਵੱਡੇ ਬਾਦਲ ਸਾਹਿਬ ਜਾਂਦੇ ਹੁੰਦੇ ਸੀ, ਮੁਸਲਿਮ ਭਾਈਚਾਰੇ ਨੂੰ ਬੜੇ ਤੋਹਫੇ ਵੀ ਦਿੰਦੇ ਸੀ। ਹਾਂਜੀ, ਤੋਹਫੇ ਦਿੰਦੇ ਸੀਗੇ ਵੀ ਹੁਣ ਅਸੀਂ ਜਿਵੇਂ ਮੈਂ ਕਿਹਾ ਜੀ ਇੱਕ ਵਾਰੀ ਸਾਡੇ ਬਾਦਲ ਪਿੰਡ ਦੇ ਵਿੱਚ 1947 ਤੋਂ ਪਹਿਲੇ ਤੇ ਪਹਿਲਾਂ ਦੀ ਮਸਜਿਦ ਸੀਗੀ ਜੀ, ਉਹਨਾਂ ਨੂੰ ਕਿਹਾ ਮੈਂ ਜੀ, ਮੈਂ ਕਿਹਾ ਜੀ ਮੇਰੀ ਇੱਕ ਦਿਲ ਦੀ ਖਵਾਹਿਸ਼ ਹੈ ਜੀ। ਉਹ ਕਹਿੰਦੇ ਕੀ? ਮੈਂ ਕਿਹਾ ਜੀ ਮੇਰੇ ਪਿੰਡ ਦੀ ਮਸਜਿਦ ਹੈ ਜਿਹੜੀ ਉਹ ਢਹਿਣ ਵਾਲੀ ਹੋਈ ਪਈ ਹੈ। ਉਹਨਾਂ ਨੇ ਜੀ ਵਕਫ ਬੋਰਡ ਨੂੰ ਚੇਅਰਮੈਨ ਨੂੰ ਜੀ ਟੈਲੀਫੋਨ ਕਰਿਆ ਜੀ, ਉਦੋਂ ਆਪਦੀ ਵਜ਼ਾਰਤ ਦੇ ਵਿੱਚ ਜੀ, ਉਹਨਾਂ ਨੂੰ ਕਿਹਾ, ਉਹ ਕਹਿੰਦਾ ਵੀ ਚੇਅਰਮੈਨ ਸਾਹਿਬ ਕਹਿੰਦਾ ਵੀ ਤੁਸੀਂ ਕਹਿੰਦਾ ਵੀ ਮਤਲਬ ਕਿ ਇੱਕ ਬਾਦਲ ਪਿੰਡ ਦੇ ਵਿੱਚ ਨਾ ਲੋਕ ਕਹਿੰਦਾ ਜਦੋਂ ਆਉਂਦੇ ਆ ਨਾ ਕਹਿੰਦਾ ਉਹ ਇਹ ਨਾ ਕਹਿਣ ਵੀ ਅਸੀਂ ਬਾਦਲ ਨੂੰ ਮਿਲਣ ਚੱਲੇ ਹਾਂ ਜਾਂ ਬਾਦਲ ਨੇ ਪਿੰਡ ਸੋਹਣਾ ਬਣਾਇਆ ਸੀ ਉਹ ਵੇਖਣ ਚੱਲੇ ਹਾਂ। ਕਹਿੰਦਾ ਵੀ ਲੋਕ ਚੇਅਰਮੈਨ ਸਾਹਿਬ ਇਹ ਗੱਲ ਕਹਿਣ ਵੀ ਬਾਦਲ ਨੇ ਆਪਦੇ ਪਿੰਡ 'ਚ ਮਸੀਤ ਬੜੀ ਸੋਹਣੀ ਬਣਾਈ ਹੈ ਉਹ ਵੇਖਣ ਜਾਂਦੇ ਹਾਂ ਅਸੀਂ, ਇੱਕ ਮੈਨੂੰ ਇਹੋ ਜਿਹੀ ਮਸੀਤ ਚਾਹੀਦੀ ਹੈ। ਉਹ ਕਹਿੰਦਾ ਵੀ ਪੈਸਾ ਮਨਜ਼ੂਰ ਕਰੋ ਜੀ। ਉਦੋਂ ਬੜਾ ਪੈਸਾ ਜੀ ਬਾਦਲ ਸਾਹਿਬ ਨੇ ਉਦੋਂ 15-20 ਲੱਖ ਰੁਪਇਆ ਇਕੱਠਾ ਉਦੋਂ ਗ੍ਰਾਂਟਾਂ ਮਨਜ਼ੂਰ ਕਰਵਾਈਆਂ। ਸਾਡੇ ਪਿੰਡ ਦੀ ਜਿਹੜੀ ਮਸਜਿਦ ਆ ਉਹ ਬਹੁਤ ਖੂਬਸੂਰਤ ਬਣੀ ਹੈ ਜੀ, ਉਹਨਾਂ ਦੇ ਉਦਮ ਨਾਲ ਬਣੀ ਹੈ ਜੀ, ਖੁਦਾ ਦੇ ਹੁਕਮਾਂ ਨਾਲ ਬਣੀ ਹੈ, ਅਤੇ ਵਸੀਲਾ ਬਾਦਲ ਸਾਹਿਬ ਬਣੇ ਹੈ ਜੀ। ਜੋ ਹੁਕਮ ਉਹਨਾਂ ਨੂੰ ਕਹਿ ਦੇਣਾ ਜੀ ਉਹਨਾਂ ਨੇ ਬਸ ਉਹ ਪਾਰ ਹੈ ਜੀ, ਉਹਨਾਂ ਨੇ ਬਹੁਤ ਕਰਿਆ। ਬਿਲਕੁਲ,
ਬਿਲਕੁਲ ਵਾਕਈ ਇਹ ਗੱਲਾਂ ਉਹ ਗੱਲਾਂ ਨੇ ਜਿਹੜੀਆਂ ਬਾਦਲ ਸਾਹਿਬ ਖੁਦ ਕਰਦੇ ਤੇ ਖੁਦ ਪਾਠ ਕਰਿਆ ਕਰਦੇ ਸਨ ਤੇ ਨਾਲ ਮੁਸਲਿਮ ਪਰਿਵਾਰ ਨੂੰ ਨਮਾਜ਼ ਪੜਨ ਦੀ ਹਦਾਇਤ ਵੀ ਦਿਆ ਕਰਦੇ ਸਨ। ਪਿੰਡ ਦੇ ਵਿੱਚ ਬੜੀ ਖੂਬਸੂਰਤ ਮਸਜਿਦ ਵੀ ਜਿਹੜੀ ਹੈਗੀ ਆ ਬਣਵਾਈ ਆ ਤੇ ਵਾਕਈ ਹਰ ਧਰਮ ਦਾ ਸਤਿਕਾਰ ਆਦਰ ਮਾਣ ਜਿਹੜਾ ਹੈਗਾ ਵੱਡੇ ਬਾਦਲ ਸਾਹਿਬ ਦਿੰਦੇ ਸੀ, ਬਾਦਲ ਪਰਿਵਾਰ ਦਿੰਦਾ ਸੀ ਤੇ ਉਮੀਦ ਆ ਕਿ ਅੱਗੇ ਵੀ ਇਸੇ ਤਰ੍ਹਾਂ ਸਤਿਕਾਰ ਆਦਰ ਮਾਣ ਹਰ ਧਰਮਾਂ ਦੇ ਹਰ ਵਰਗ ਦੇ ਲੋਕਾਂ ਨੂੰ ਦਿੰਦੇ ਆਉਣਗੇ। ਬਠਿੰਡਾ ਪਿੰਡ ਬਾਦਲ ਤੋਂ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁੱਖਾ ਖੇੜੀ ਵਾਲਾ।